17वीं लोकसभा के पहले सैशन दौरान लोकसभा चोणा चो जित प्राप्त करन वाले सनी देओल 28 दिन संसद चो गैर हाजिर रहे। लोकसभा हाजिरी रिकॉर्ड मुताबक मानसून सैशन वधाए जाण तो बाद ਉਹ ਸੰਸਦ ਵਿੱਚ ਸਿਰਫ 5 ਦਿਨ ਹੀ ਹਾਜ਼ਰ ਹੋਏ। ਸੰਨੀ ਦਿਓਲ ਸੰਸਦ ਦੀਆਂ 9 ਬੈਠਕਾਂ 'ਚ ਹੀ ਸ਼ਾਮਿਲ ਹੋਣ ਤੋਂ ਬਾਅਦ ਲਗਾਤਾਰ ਗਾਇਬ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਵੇਂ ਕਿ ਭਾਜਪਾ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਹਾਜ਼ਰ ਹੋਣ ਲਈ ਸਖ਼ਤ ਨੋਟਿਸ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਸੰਨੀ ਦਿਓਲ 28 ਦਿਨ ਗਾਇਬ ਰਹੇ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਸੰਨੀ ਦਿਓਲ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾ ਕੇ 23 ਅਪ੍ਰੈਲ ਨੂੰ ਭਾਜਪਾ ਦਾ ਖੁਦ ਨੂੰ ਹਿੱਸਾ ਬਣਾਇਆ ਸੀ। ਸੰਨੀ ਦਿਓਲ ਆਪਣੇ ਪਰਿਵਾਰ ਦੇ ਤੀਜੇ ਉਹ ਵਿਅਕਤੀ ਹਨ ਜੋ ਸਿਆਸਤ ਵਿੱਚ ਆਏ ਹਨ। ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਤਾ ਧਰਮਿੰਦਰ ਬੀਕਾਨੇਰ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਜਿੱਤ ਹਾਸਲ ਕਰ ਚੁੱਕੇ ਹਨ ਅਤੇ ਹੇਮਾ ਮਾਲਨੀ ਮਥੁਰਾ ਤੋਂ 2019 ਵਿੱਚ ਦੁਬਾਰਾ ਚੋਣ ਜਿੱਤ ਕੇ ਸੰਸਦ ਮੈਂਬਰ ਬਣੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।